ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਤੇ ਬੱਚਿਓ ਹੁਣ ਜਿਹੜੇ 7 ਤਰੀਕ ਤੋਂ ਸਾਰੀਆਂ ਕਲਾਸਾਂ ਦੇ ਪੇਪਰ ਸਟਾਰਟ ਹੋ ਰਿਹਾ ਹੈ ਫਰਸਟ ਤੋਂ ਲੈ ਕੇ 5th ਤੱਕ ਤੇ ਉਹਨਾਂ ਦੇ ਜਿਹੜੇ ਫਾਈਨਲ ਪੇਪਰ ਆਪਾਂ ਅੱਜ ਤੋਂ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ ਹੈ ਤੇ ਹੁਣ ਸਾਰੇ ਹੀ ਜਿਹੜੇ ਅੱਗੇ ਤੁਹਾਨੂੰ ਇੱਕ ਸਬਜੈਕਟ ਦੇ ਦੋ-ਦੋ ਮਾਡਲ ਪੇਪਰ ਮਿਲਣਗੇ ਤੇ ਇਹਨਾਂ ਦੋ ਮਾਡਲ ਪੇਪਰਾਂ ਦੇ ਵਿੱਚੋਂ ਹੀ ਤੁਹਾਨੂੰ ਜਿਹੜਾ ਪੇਪਰ ਦੇਖਣ ਨੂੰ ਮਿਲੇਗਾ ਸੇਮ ਪੇਪਰ ਕਦੇ ਨਹੀਂ ਹੁੰਦਾ ਬੱਚੇ ਮਾਡਲ ਪੇਪਰ ਹੁੰਦੇ ਆ ਜੋ ਬੋਰਡ ਵੱਲੋਂ ਭੇਜੇ ਜਾਂਦੇ ਆ ਤੇ ਇਹ ਬੋਰਡ ਵੱਲੋਂ ਭੇਜੇ ਹੋਏ ਮਾਡਲ ਪੇਪਰ ਆ ਤੇ ਇਸ ਸੇਮ ਟੂ ਸੇਮ ਇਦਾਂ ਦਾ ਜਿੰਨੇ ਜਿੰਨੇ ਨੰਬਰ ਦਾ ਹੁਣ ਜੋ ਪਾਰਟ ਆਏਗਾ ਉਨੇ ਉਨੇ ਨੰਬਰ ਦਾ ਸੇਮ ਪੇਪਰ ਤੁਹਾਨੂੰ ਦੇਖਣ ਨੂੰ ਮਿਲੇਗਾ ਫਾਈਨਲ ਪੇਪਰ ਦੇ ਵਿੱਚ ਪਰ ਕੁਐਸਚਨ ਸੇਮ ਨਹੀਂ ਹੁੰਦੇ ਥੋੜਾ ਬੋਤਾ ਕੁਐਸਚਨਾਂ ਦੇ ਵਿੱਚ ਚੇਂਜ ਹੁੰਦਾ ਕੁਝ ਇਹਦੇ ਵਿੱਚੋਂ ਆ ਜਾਂਦੇ ਆ ਕੁਝ ਜਿਹੜੇ ਬਦਲ ਕੇ ਪਾਏ ਜਾਂਦੇ ਆ ਕਿਉਂਕਿ ਕਦੇ ਵੀ ਪੇਪਰ ਪਹਿਲਾਂ ਨਹੀਂ ਦਿੱਤਾ ਜਾਂਦਾ ਉਹ ਤਾਂ ਉਸ ਦਿਨ ਹੀ ਤੁਹਾਨੂੰ ਪਤਾ ਲੱਗਦਾ ਜਿਸ ਦਿਨ ਤੁਹਾਡਾ ਪੇਪਰ ਹੁੰਦਾ ਹੈ ਪਰ ਇਹ ਦੋ ਪੇਪਰ ਅਗਰ ਤੁਸੀਂ ਕਰਕੇ ਜਾਓਗੇ ਸਮਝ ਕੇ ਜਾਓਗੇ ਨਾ ਕੁਸ਼ਨਾਂ ਨੂੰ ਤਾਂ ਤੁਸੀਂ ਸਾਰਾ ਪੇਪਰ 80 ਦਾ 80 ਨੰਬਰ ਦਾ ਪੇਪਰ ਵਧੀਆ ਤਰੀਕੇ ਨਾਲ ਕਰ ਲੋਗੇ ਤੇ ਹੁਣ ਆਪਾਂ ਜਿਹੜਾ 7 ਤਰੀਕ ਨੂੰ ਪੇਪਰ ਹੋਣਾ ਹੈ ਮੈਥ ਦਾ ਚੌਥੀ ਕਲਾਸ ਦਾ ਉਹ ਕਰਾਂਗੇ ਫਿਰ 3rd ਕਲਾਸ ਦਾ 2nd ਦਾ 1st ਦਾ ਸਾਰੀਆਂ ਕਲਾਸਾਂ ਦੇ ਆਪਾਂ ਪੇਪਰ ਜਿਹੜੇ ਅਪਲੋਡ ਕਰਾਂਗੇ 5ਵੀਂ ਦੀਆਂ ਵਰਕਸ਼ੀਟ ਅਪਲੋਡ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਫਾਈਨਲ ਪੇਪਰ ਵੀ ਜਿਹੜਾ ਆਪਾਂ ਜਲਦੀ ਅਪਲੋਡ ਕਰਾਂਗੇ ਤੇ ਹੁਣ ਆਪਾਂ ਕਰਦੇ ਹਾਂ ਚੌਥੀ ਕਲਾਸ ਦਾ ਜਿਹੜਾ ਮੈਥ ਦਾ ਪੇਪਰ ਜਿਹੜਾ 7 ਤਰੀਕ ਨੂੰ ਹੋਣਾ ਹੈ ਹਾਂਜੀ ਬੱਚੇ ਪੇਪਰ ਇਥੋਂ ਸਟਾਰਟ ਹੁੰਦਾ ਹੈ ਮੁਲਿਆੰਕਣ ਪੇਪਰ ਜਿਹੜਾ ਪੱਤਰਵਾਨ ਮਾਰਚ 2024 ਚੌਥੀ ਕਲਾਸ ਇਹਦੇ ਵਿੱਚ ਨਾਮ ਵਿਦਿਆਰਥੀ ਰੇਮ ਜਮਾਤ ਰੋਲ ਨੰਬਰ ਤੁਸੀਂ ਲਿਖ ਲੈਣਾ ਤੇ ਪਹਿਲਾ ਭਾਗ ਜਿਹੜਾ ਹੋਏਗਾ 20 ਕੁਐਸਚਨ ਦੋ-ਦੋ ਨੰਬਰ ਦੇ ਹੋਣਗੇ ਜਿਨ੍ਹਾਂ ਦੇ ਹੋਣਗੇ 40 ਅੰਕ ਤੇ ਇਸ ਤੋਂ ਅੱਗੇ ਫਿਰ ਅੱਗੇ ਹੋਏਗਾ 21 ਤੋਂ ਲੈ ਕੇ 28 ਤੱਕ ਹਰੇਕ ਪ੍ਰਸ਼ਨ ਦੇ ਹੋਣਗੇ 5 ਅੰਕ ਤੇ 5 ਅੰਕਰ ਹੋਣਗੇ ਜਿਹੜੇ ਸੁੰਦਰ ਲਿਖਾਈ ਦੇ ਪਹਿਲਾ ਕੁਐਸਚਨ ਹੈ ਦਿੱਤੇ ਘਰਾ ਵਿੱਚੋਂ ਕਿਹੜੇ ਘਰ ਦਾ ਨੰਬਰ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ ਤੇ ਆਪਾਂ ਨੂੰ ਪਤਾ ਹੈ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿੰਦੀ ਹੈ 1 ਦੇ ਨਾਲ ਤਿੰਨ ਜ਼ੀਰੋਆਂ ਲਾ ਦਈਏ ਤੇ ਇਹ 4 ਅੰਕਾਂ ਦੀ ਛੋਟੀ ਤੋਂ ਛੋਟੀ ਮਤਲਬ 1000 ਆਪਸ਼ਨ ਹੈ ਅੱਗੇ ਹੇਠ ਦਿੱਤੇ ਵਸਤੂਆਂ ਦੀ ਕੀਮਤ ਦਾ ਸਹੀ ਵਾਧਾ ਕਰਮ ਬੱਚੇ ਵਾਧਾ ਕਰਮ ਕੀ ਹੁੰਦਾ ਹੈ ਸਭ ਤੋਂ ਪਹਿਲੇ ਘੱਟ ਕੀਮਤ ਵਾਲੀ ਚੀਜ਼ ਫਿਰ ਉਸ ਤੋਂ ਬਾਅਦ ਕੀਮਤ ਵਾਲੀ ਚੀਜ਼ ਫਿਰ ਉਸ ਤੋਂ ਬਾਅਦ ਤੇ ਫਿਰ ਸਭ ਤੋਂ ਬਾਅਦ ਇਸ ਤਰ੍ਹਾਂ ਜਿਹੜੀ ਆਪਾਂ ਦੇਖਾਂਗੇ ਤਾਂ ਪਹਿਲੇ 7050 ਫਿਰ 7100 ਫਿਰ ਜਿਹੜਾ 7400 ਤੇ 7500 ਆਪਸ਼ਨ ਈਡੀ ਜਿਹੜਾ ਇਹਦਾ ਆਨਸਰ ਬਿਲਕੁਲ ਸਹੀ ਬਣ ਜਾਏਗਾ ਅਗਲਾ ਕੁਸ਼ਣ ਹੈ 3 ਨੰਬਰ 573 ਨੂੰ 0 ਦੇ ਨਾਲ ਗੁਣਾ ਕਰਾਂਗੇ ਤੇ ਆਨਸਰ ਕੀ ਆਏਗਾ ਇਹ ਤੁਹਾਨੂੰ ਕਲਾਸ ਦੇ ਵਿੱਚ ਸਿਖਾ ਰੱਖਿਆ ਕਿਸੇ ਵੀ ਸੰਖਿਆ ਨੂੰ ਵਗਰ 0 ਦੇ ਨਾਲ ਗੁਣਾ ਕਰਦੇ ਹਾਂ ਤੇ ਉਹ ਸੰਖਿਆ ਬਣ ਜਾਂਦੀ ਹੈ 0 ਆਪਸ਼ਨ ਈਡੀ ਅੱਗੇ ਕੀ ਹੈ 21 ਨੂੰ ਕਿੰਨੇ ਨਾਲ ਭਾਗ ਕਰਾਂਗੇ ਜਿਹੜਾ 3 ਆਜੂਗਾ ਤੇ ਇਹ ਸੰਖਿਆ ਨੂੰ ਕੱਢਣ ਵਾਸਤੇ ਹੁਣ ਆਪਾਂ 21 ਨੂੰ 3 ਨਾਲ ਭਾਗ ਕਰਾਂਗੇ ਤੇ 21 ਨੂੰ ਜਦੋਂ 3 ਦੇ ਨਾਲ ਭਾਗ ਕਰਾਂਗੇ ਤੇ 7 ਆ 21 ਆਪਸ਼ਨ ਸੀ ਜਿਹੜਾ ਅਨਸਰ ਆ ਜਾਏਗਾ ਅੱਗੇ ਦੇਖੋ ਚਿੱਤਰ ਅਨੁਸਾਰ ਰੰਗਦਾਰ ਹਿੱਸੇ ਦੀ ਪੈਨ ਉੱਤੇ ਸਹੀ ਟਿੱਕ ਲਗਾਉਣਾ ਤੇ ਰੰਗਦਾਰ ਜਦੋਂ ਵੀ ਪੈਨ ਬਣਾਉਣੀ ਹੁੰਦੀ ਹੈ ਪਹਿਲੇ ਜਿੰਨੇ ਰੰਗਦਾਰ ਹਿੱਸੇ ਹੁੰਦੇ ਆ ਜਿੰਨੇ ਰੰਗੇ ਆ 1 2 3 ਇਹ ਲਿਖ ਲੈਣਾ ਉੱਪਰ ਫਿਰ ਥੱਲੇ ਕੀ ਲਿਖਣਾ ਹੈ ਜਿੰਨੇ ਟੋਟਲ ਹਿੱਸੇ ਆ ਤੇ ਟੋਟਲ ਕਿੰਨੇ ਆ 8 ਤੇ ਪੈਨ ਕੀ ਬਣ ਗਈ 3/8 8 ਅੱਗੇ ਹੇਠ ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਰੰਗੇ ਭਾਗ ਦੀ 3/4 ਤੇ ਰੰਗੇ ਭਾਗ ਦੀ ਗੱਲ ਕੀਤੀ ਤੇ ਉੱਪਰ ਕਿੰਨਾ ਹੈ 3 ਹੁਣ 3 ਰੰਗੇ ਹੋਏ ਲੱਭੋ ਤੁਸੀਂ ਕਿੰਦੇ ਚ ਹੈ ਈਡੀ ਚ ਤੇ ਟੋਟਲ ਕਿੰਨੇ ਚ ਆਪਸ਼ਨ ਈਡੀ ਬਿਲਕੁਲ ਸਹੀ ਹੈ ਅੱਗੇ ਹੇਠ ਦਿੱਤੇ ਨੋਟਾਂ ਅਤੇ ਸਿੱਕਿਆਂ ਨੂੰ ਮਿਲਾ ਕੇ ਬਣੀ ਰਾਸ਼ੀ ਬਣੀ ਰਾਸ਼ੀ ਦੇਖੋਗੇ 2000 500 2500 2500 ਤੇ ਵੀ ਤੇ ਫਿਰ 1 2 ਤੇ 3 ਰੁਪਏ ਮਤਲਬ 2530 ਰੁਪਏ অপশন উੜਾ ਜਿਹੜਾ ਬਿਲਕੁਲ ਸਹੀ ਆਨਸਰ ਹੈ ਅਗਿਆ ਆਪਾਂ 8 ਨੰਬਰ ਕਰਾਂਗੇ ਉਹਦਾ 20 ਰੁਪਏ ਨੂੰ 50 ਪੈਸੇ ਦੇ ਸਿੱਕਿਆਂ ਦੇ ਵਿੱਚ ਬਦਲਾਂਗੇ ਤੇ 1 ਰੁਪਏ ਚ ਕਿੰਨੇ ਹੁੰਦੇ ਆ ਦੋ ਸਿੱਕੇ ਇਸੇ ਤਰ੍ਹਾਂ 20 ਰੁਪਏ ਦੇ ਵਿੱਚ 20 2 ਮਤਲਬ ਕਿੰਨੇ ਹੋ ਗਏ 40 ਸਿੱਕੇ ਹੋ ਜਾਣਗੇ অপশন ਐਡਾ ਅਗੇ ਲੰਬਾਈ ਦੀ ਮਿਆਰੀ ਇਕਾਈ ਉਹ ਕੀ ਹੈ ਮੀਟਰ অপশন ਐਡਾ ਹੇਠ ਦਿੱਤੇ ਵਟਿਆਂ ਦੀ ਸਹੀ ਭਾਰ ਦੱਸੋ ਟੋਟਲ ਕਰਾਂਗੇ 1 ਕਿਲੋਗ੍ਰam 500 ਗ੍ਰam 100 ਗ੍ਰam ਤੇ ਮਤਲਬ ਗ੍ਰਾਮਾਂ ਦੇ ਵਿੱਚ ਦੱਸਣਾ ਹੈ ਤੇ 1 ਕਿਲੋ ਦੇ ਵਿੱਚ ਹੁੰਦੇ ਆ 1000 ਗ੍ਰam 1000 ਤੇ 500 1500 1600 110 ਗ੍ਰam ਹੋ ਗਿਆ ਆਪਸ਼ਨ E ਜਿਹੜਾ ਆਨਸਰ ਸਹੀ ਆ ਗਿਆ ਹੁ ਕਹਿੰਦਾ ਇੱਕ ਜਗ ਜਗ ਦੀ ਧਾਰਨ ਸਮਰਥਾ ਅਗਰ ਦੋ ਪਾਣੀ ਦੇ ਗਲਾਸਾਂ ਦੇ ਬਰਾਬਰ ਹੈ ਤਾਂ ਦੋ ਜਗਾਂ ਦੀ ਧਾਰਨ ਸਮਰਥਾ ਇੱਕ ਚੋਂ ਦੋ ਦੂਸਰੇ ਚੋਂ ਵੀ ਦੋ ਤੇ ਟੋਟਲ ਕਿੰਨੇ ਹੋ ਗਏ 4 ਦੇ ਬਰਾਬਰ ਹੋ ਜਾਏਗਾ ਤੇ 4 ਗਲਾਸ ਕਿੱਥੇ ਬਣੇ ਹੋਏ ਆ ਆਪਸ਼ਨ ਊੜੇ ਦੇ ਵਿੱਚ ਅੱਗੇ 12 ਨੰਬਰ ਇੱਕ ਦਿਨ ਵਿੱਚ ਕਿੰਨੇ ਘੰਟੇ ਹੁੰਦੇ ਹਨ ਤਾਂ 24 ਆਪਸ਼ਨ ਉੜਾ ਹੇਟ ਦਿੱਤੇ ਘੜੀ ਦੇ ਸਮੇਂ ਤੇ 1 ਘੰਟਾ ਪਹਿਲਾਂ ਦਾ ਸਮਾਂ ਦਿਖਾਰੀ ਘੜੀ ਇਹਦੇ ਤੋਂ 1 ਘੰਟਾ ਮਤਲਬ ਇਹਦੇ ਤੇ 9 ਵਜੇ ਤੇ ਆਪਾਂ ਨੂੰ 8 ਵਜੇ ਵਾਲੀ ਘੜੀ ਆਪਸ਼ਨ ਐਡਾ ਦੇ ਵਿੱਚ ਦਿੱਤੀ ਹੋਈ ਹੈ ਇਹਨੂੰ ਤੁਸੀਂ ਟਿਕ ਕਰ ਲੋਗੇ ਆਪਸ਼ਨ ਐਡਾ ਅੱਗੇ ਹੇਠ ਦਿੱਤੇ ਜਾਲ ਤੇ ਕਿਹੜੀ ਆਕ੍ਰਿਤੀ ਬਣਾਈ ਜਾ ਸਕਦੀ ਹੈ ਤੇ ਇਹ ਚਾਰੇ ਬਾਕਸ ਸਾਰਿਆਂ ਦਾ ਸਾਈਜ਼ ਬਿਲਕੁਲ ਬਰਾਬਰ ਹੈ ਤੇ ਇਹ ਬਣਾਏਗਾ ਕਨਾਵ ਆਪਸ਼ਨ ਐਡਾ ਅੱਗੇ ਆਪਾਂ ਕਰਾਂਗੇ ਇਹ ਦਿੱਤੇ ਡਿਜ਼ਾਈਨ ਦੀ ਕਿਹੜੀ ਟਾਈਲ ਨਾਲ ਪੂਰੇ ਹੋਣਗੇ ਤੇ ਡਿਜ਼ਾਈਨ ਸੇਮ ਟੂ ਸੇਮ ਡਿਜ਼ਾਈਨ ਕਿਹਦੇ ਵਿੱਚ ਹੈ অপਸ਼ਨ ਏਡੀ ਦੇ ਵਿੱਚ ਤੇ ਇਹ ਜਿਹੜਾ ਇਸ ਡਿਜ਼ਾਈਨ ਨੂੰ ਪੂਰਾ ਕਰੇਗਾ ਅਗਲਾ ਕੁਸ਼ਣ ਹੈ ਇਹ ਦਿੱਤੇ ਆਇਤ ਦੇ ਘੇਰੇ ਤੇ ਵਰਗਾਂ ਦੀ ਗਿਣਤੀ ਕਰਕੇ ਖੇਤਰਫਲ ਪਤਾ ਕਰੋ ਤੇ 4 ਬੇ ਇਧਰ ਹੈ ਤੇ 4 ਹੀ ਇਧਰ ਹੈ ਤਾਂ 4 4 ਕਿੰਨਾ ਹੋ ਗਿਆ 16 ਵਰਗ ਸੈਂਟੀਮੀਟਰ ਦੀ ਗੱਲ ਕੀਤੀ ਹੈ ਤੇ 16 ਵਰਗ ਸੈਂਟੀਮੀਟਰ অপਸ਼ਨ ਸ ਆ ਜਾਏਗਾ ਜਿਮੀਟਰ ਦੀ ਗੱਲ ਕਰਦਾ ਤੇ ਫੇਰ ਉਹ ਉੜਾ ਜਾਂਦਾ ਹੁਣ ਅੱਗੇ ਕੀ ਹੈ 6 ਵਰਗ ਇਕਾਈਆਂ ਕਿਸ ਸਕ੍ਰਿਤੀ ਦੀਆਂ ਹਨ 6 ਵਰਗ ਇਕਾਈਆਂ ਆਪਸ਼ਨ ਉੜੇ ਦੇ ਵਿੱਚ ਹੈ ਅੱਗੇ ਕੀ ਹੈ ਛੜ ਗ੍ਰਾਫ ਨੂੰ ਦੇਖਦੇ ਹੋਏ ਦੱਸੋ ਇਹਦੇ ਵਿੱਚ ਜਿਹੜੀ ਕਿਤਾਬਾਂ ਦੀ ਗਿਣਤੀ ਦੱਸੀ ਹੈ ਵੀ ਕਿਸ ਵਿਦਿਆਰਥੀ ਨੇ ਕਿੰਨੀਆਂ ਕਿਤਾਬਾਂ ਪੜੀਆਂ ਹਨ ਸਭ ਤੋਂ ਵੱਧ ਕਿਤਾਬਾਂ ਕਿਸ ਨੇ ਪੜੀਆਂ ਤਾਂ ਗੀਤਾ ਨੇ ਸਭ ਤੋਂ ਵੱਧ ਕਿਤਾਬਾਂ ਪੜੀਆਂ ਹਨ ਤੇ 35 ਕਿਤਾਬਾਂ ਪੜੀਆਂ ਹਨ ਆਪਸ਼ਨ ਸ ਉਸ ਤੋਂ ਅੱਗੇ ਹੇਠ ਦਿੱਤੇ ਨਮੂਨੇ ਨੂੰ ਧਿਆਨ ਨਾਲ ਦੇਖ ਕੇ ਲੜੀ ਪੂਰੀ ਕਰੋ ਪਹਿਲੇ 8 3 24 ਕੋਈ ਸ਼ੈ ਨਹੀਂ ਫਿਰ 2 3 6 ਤੇ 1 6 ਲੱਗਿਆ ਫਿਰ 3 3 9 ਤੇ 2 6 ਲੱਗਿਆ ਮਤਲਬ ਜਿੰਨੇ 3 ਨਾਲ ਗੁਣਾ ਕੀਤਾ ਗਿਆ ਉਹਦੇ ਵਿੱਚੋਂ ਇੱਕ ਕੱਟ ਕੇ ਤੇ ਬਾਕੀ ਤਿੰਨ ਦੇ ਕੀ ਹੈ 6 ਬਣਾ ਦਿੱਤੇ ਜਾਂਦੇ ਤੇ ਇਹਦੇ ਵਿੱਚ ਕੀ ਹੈ ਹੁਣ 4 3 12 ਤੇ ਆਪਾਂ ਕੀ ਬਣਾਵਾਂਗੇ 2 6 6 4 ਆਪਸ਼ਨ ਉੜਾ ਅੱਗੇ ਕੀਆ ਕ੍ਰੀਤੀ ਦੀ ਸਮਿਤੀ ਨਮੂਨਾ ਸਮਿਤੀ ਨਮੂਨਾ ਕੀ ਹੁੰਦਾ ਉਹਦੇ ਨਾਲ ਦਾ ਸੇਮ ਟੂ ਸੇਮ ਜੇ ਅੱਧਾ ਚੱਕਰ ਹੈ ਤੇ ਅੱਧਾ ਨਾਲ ਦਾ ਚੱਕਰ ਆਪਸ਼ਨ ਸਸੇ ਦੇ ਵਿੱਚ ਹੈ ਇਹ ਇਹਦਾ ਸਮਿਤੀ ਅੱਗੇ ਐਡਾ ਪਾਗ ਆ ਗਿਆ ਜਿੰਦੇ ਵਿੱਚ ਤੇ ਕੋਈ ਦੇਖੋ ਪਹਿਲੇ ਆਦੋ ਕੁਸ਼ਣ 5 ਨੰਬਰ ਦੇ ਨੇ ਇਹਦੇ ਦੇਖੋਗੇ ਤਾਂ ਪਹਿਲੇ ਕੀ ਇਹ ਬੰਡਲ ਕਿੰਨੇ ਆ ਬੰਡਲ ਕਿੰਨੇ ਆ ਜੇ ਬੰਡਲ ਦੀ ਗਿਣਤੀ ਕਰੋਗੇ ਤਾਂ ਤੁਸੀਂ ਦੇਖੋਗੇ 3 3 6 ਤੇ 3 9 ਬੰਡਲ 9 ਬੰਡਲ ਮਤਲਬ 9 ਦਹਾਈਆਂ 90 ਪਲੱਸ 4 ਇਕਾਈਆਂ ਸੰਖਿਆ ਕਿੰਨੀ ਬਣ ਗਈ 94 ਇਸ ਤਰ੍ਹਾਂ ਕੀ ਹੈ ਇਹਦੇ ਵਿੱਚ ਵੀ 9 ਹੈ ਤੇ 3 ਜੋ ਗਿਆ 90 ਪਲੱਸ 3 ਸੰਖਿਆ ਬਣ ਗਈ 93 ਇਹ ਤੁਹਾਡੇ ਜਿਹੜੇ ਮਿਸ਼ਨ ਸਮਰਾਥ ਕਰਾਇਆ ਸੀ ਨਾ ਉਹਦੇ ਵਿੱਚੋਂ ਕੁਝ ਕੁਐਸਚਨਸ ਇਥੇ ਪਾਏ ਗਏ ਮਿਸ਼ਨ ਸਮਰਾਥ ਦੇ ਵਿੱਚ ਇਹ ਸਾਰਾ ਨਮੂਨਾ ਦਿੱਤਾ ਆਇਆ ਸੀ ਆਪਾਂ ਮਿਸ਼ਨ ਸਮਰਾਥ ਵੀ ਜਿਹੜਾ ਸੋਲਵ ਕਰਾਇਆ ਸੀ ਉਹਦੇ ਵਿੱਚ 2 4 6 ਦਹਾਈਆਂ ਤੇ 5 ਇਕਾਈਆਂ ਆਪਸ਼ਨ ਜਿਹੜਾ 65 ਆ ਜਾਏਗਾ ਇਹਦੇ ਵਿੱਚ ਕਿੰਨੀਆਂ 7 ਦਹਾਈਆਂ ਤੇ 9 ਕਾਣੀ ਤੇ ਇਹ ਆ ਜਾਏਗਾ 79 ਅੱਗੇ ਜਿਹੜੇ ਐ ਸਹੀ ਚਿੰਨ ਲਗਾਉਣੇ ਐ 8 ਨੂੰ 9 ਦੇ ਨਾਲ ਗੁਣਾ ਕਰਾਂਗੇ ਤਾਂ ਜਿਹੜਾ 72 ਬਣੇਗਾ 56 ਨੂੰ 7 ਦੇ ਨਾਲ ਭਾਗ ਕਰਾਂਗੇ ਤਾਂ 8 ਬਣੇਗਾ 95 ਚੋਂ 35 ਮਾਈਨਸ ਕਰਾਂਗੇ ਤਾਂ ਜਿਹੜਾ 60 ਬਣੇਗਾ ਆਹ ਨਿਸ਼ਾਨ ਵਿੱਚ ਲੱਗ ਜਾਣਾ ਅੱਗੇ ਦਿੱਤੀ ਗਈ ਸੰਖਿਆ ਦਾ ਜੋੜ ਕੀ ਜੋੜੀਏ ਕਿ 100 ਬਣ ਜਾਏ ਹੁਣ 35 ਦੇ ਵਿੱਚ ਜਿਹੜਾ 65 ਜੋੜਾਂਗੇ ਤਾਂ ਜਿਹੜਾ 100 ਬਣ ਜਾਏਗਾ ਫਿਰ 65 ਦੇ ਵਿੱਚ 35 ਜੋੜਾਂਗੇ ਤਾਂ ਜਿਹੜਾ 100 ਬਣ ਜਾਏਗਾ ਅਕ੍ਰਿਤਿਆ ਨੂੰ ਬਰਾਬਰ ਭਾਗਾਂ ਵਿੱਚ ਵੰਡਣਾ ਹੈ ਕਿੰਨੇ ਭਾਗ ਇਹਦੇ 4 ਭਾਗ ਕਰਨੇ ਹੈ ਤੇ ਇਹਨੂੰ ਇਹਦੇ ਵਿੱਚੋਂ ਇੱਕ ਪਾਰਟ ਇਧਰ ਤੇ ਇੱਕ ਆ ਇਹ ਹੋ ਗਏ 4 ਭਾਗ ਹੈ ਸਿਕ੍ਰਿਤੀ ਨੂੰ ਦੋ ਭਾਗਾਂ ਦੇ ਵਿੱਚ ਵੰਡਣਾ ਹੈ ਤੇ ਬਿਲਕੁਲ ਸੈਂਟਰ ਦੇ ਵਿੱਚ ਰੇਖਾ ਖਿੱਚ ਦਾਂਗੇ ਇਹਨੂੰ 6 ਭਾਗਾਂ ਵਿੱਚ ਵੰਡਣਾ ਹੈ ਤੇ ਇਹਦੇ ਵਿੱਚੋਂ ਇਧਰ ਦੋ ਤੇ ਇਧਰ ਇੱਕ ਰੇਖਾ ਖਿੱਚ ਦਾਂਗੇ ਤੇ 6 ਭਾਗ ਬਣ ਜਾਣਗੇ ਅੱਗੇ ਕੀ ਹੈ ਆਪਾਂ ਜਿਹੜਾ ਇਹਨਾਂ ਦਾ ਮਿਲਾਨ ਕਰਨਾ ਹੈ ਤੇ ਰੰਗੇ ਹੋਏ ਭਾਗ ਦੇ ਕੋੜੀ ਇੱਕ ਰੰਗਿਆ ਹੈ ਤੇ ਟੋਟਲ 4 ਹੈ 1/4 ਕੀ ਕੀ ਹੈ 3/4 1/2 1/3 ਹੁੱਕੇ ਕੀ ਹੈ ਘੜੀ ਹੇਟਾ ਦਿੱਤੇ ਸਮੇਂ ਅਨੁਸਾਰ ਘੜੀ ਦੀਆਂ ਸੂਈਆਂ ਬਣਾਉਣੀਆਂ 6 ਤੇ ਬਿਲਕੁਲ ਬਣੇਗੀ ਜਿਹੜੀ ਘੜੀ ਛੋਟੀ ਸੂਈ ਜਿਹੜੀ 6 ਤੇ ਤੇ ਵੱਡੀ 12 ਤੇ ਇਦਾਂ ਹੀ ਇਹਦੇ ਵਿੱਚ ਛੋਟੀ ਸੂਈ 8 ਤੇ ਤੇ ਵੱਡੀ ਸੂਈ 12 ਤੇ 8 ਵਜੇ ਦਾ ਸਮਾਂ ਹੋ ਜਾਏਗਾ ਫਿਰ ਇਹਦੇ ਵਿੱਚ ਸੂਈਆਂ ਬਣੀਆਂ ਹੋਈਆਂ ਇਸ ਟਾਈਮ ਦੱਸਣਾ ਹੁਣ 2 ਵਜਨ ਚ ਹਜੇ 5 ਮਿੰਟ ਤੇ ਮਤਲਬ 1 ਵਜ ਕੇ 55 ਮਿੰਟ ਹੋ ਚੁੱਕਿਆ ਹੈ ਇੱਥੇ 7 ਵਜ ਕੇ 10 ਮਿੰਟ ਹੋ ਚੁੱਕੇ ਅੱਗੇ ਬੈਂਗਣਾ ਦਾ ਪਾਰ ਹੈ ਕਿਲੋਗ੍ਰਾਮ ਤੇ ਕਿਲੋਗ੍ਰਾਮ ਲਿਖਾਂਗੇ ਗ੍ਰਾਮ ਤੇ ਗ੍ਰਾਮ ਇਹਦੇ ਵਿੱਚ ਕਿਲੋਗ੍ਰਾਮ ਕਿੰਨੇ ਆ 2 ਤੇ ਇੱਥੇ ਲਿਖੋਗੇ 2 ਤੇ ਗ੍ਰਾਮ ਆਦੀ ਕਿੰਨੇ ਦਾ ਗ੍ਰਾਮ ਹੈਗੇ 100 ਇੱਥੇ ਲਿਖੋਗੇ 100 ਇਧਰ ਕੀ ਹੈ 1 ਕਿਲੋਗ੍ਰਾਮ ਹੈ ਤੇ ਕਿਲੋ ਵਾਲੀ ਜਗ੍ਹਾ 1 ਗ੍ਰਾਮਾਂ ਵਾਲੀ ਜਗ੍ਹਾ ਦੋਸੂ ਠੀਕ ਹੈ ਇਸ ਤਰ੍ਹਾਂ ਇਹ ਸੋਲਵ ਹੋ ਜਾਏਗਾ ਅੱਗੇ ਜਿੰਨੀ ਲੰਬਾਈ ਦਿੱਤੀ ਹੋਈ ਹੈ ਦਿੱਤੀ ਲੰਬਾਈ ਦਾ ਰੇਖਾਖੰਡ ਖਿੱਚਣਾ ਹੈ 5 ਸੈਂਟੀਮੀਟਰ ਇੱਥੋਂ 0 ਤੱਕ ਕੇ 5 ਤੱਕ ਜਿਹੜਾ ਖਿੱਚ ਲੋਗੇ ਇਦਾਂ ਹੀ ਇਹ 8 ਸੈਂਟੀਮੀਟਰ ਦਾ ਜਿਹੜਾ ਰੇਖਾਖੰਡ ਤੁਸੀਂ ਖਿੱਚ ਲੋਗੇ ਆਪਣੇ ਸਕੇਲ ਦੇ ਨਾਲ ਮਿਲਤੀ ਕਰਕੇ ਅੱਗੇ ਇਹਦੇ ਵਿੱਚ ਉਹ ਚੱਕਰ ਦੇ ਵਿੱਚ ਜਿਹੜੇ ਅ ਅਰਧ ਵਿਆਸ ਪੁੱਛੇ ਗਏ ਵਿਆਸ ਪੁੱਛੇ ਗਏ ਤੇ ਜੀਵਾ ਪੁੱਛੀ ਗਈ ਅਰਧ ਵਿਆਸ ਕੀ ਹੁੰਦਾ ਹੈ ਜਿਹੜੇ ਕੇਂਦਰ ਤੋਂ ਲੈ ਕੇ ਇਦਾਂ ਮਿਲਦੇ ਜਿਵੇਂ ਇਹ ਹੈਗੇ OC OD ਓ E O A O B ਇਹ ਸਾਰੇ ਅਰਧ ਵਿਆਸ ਤੇ ਜੇ ਆਪਾਂ ਹੁਣ ਵਿਆਸ ਦੀ ਗੱਲ ਕਰੀਏ ਤਾਂ ਵਿਆਸ ਹੈਗੇ ਆ ਇਹਦੇ ਵਿੱਚ ਜਿਹੜੇ ਪੂਰੇ ਕੇਂਦਰ ਦੇ ਵਿੱਚੋਂ ਦੀ ਪਾਰ ਹੋ ਕੇ ਜਾਂਦੇ ਆ ਜਿਵੇਂ AB ਹੈ ਤੇ EG ਹੈ ਠੀਕ ਹੈ ਹੁਣ ਜੀਵਾ ਜੀਵਾ ਜਿਹੜੀ ਹੈ ਚੱਕਰ ਦੇ ਦੋ ਹਿੱਸਿਆਂ ਨੂੰ ਮਿਲਾਉਂਦੀ ਹੋਵੇ ਚਾਹੇ ਉਹ ਸੈਂਟਰ ਦੇ ਵਿੱਚਲੀ ਹੋਵੇ ਚਾਹੇ ਕਿਤੇ ਵੀ ਹੋਵੇ ਤੇ ਤਿੰਨ ਇਹਦੇ ਵਿੱਚ ਜੀਵਾ ਹੈ ਜੀਵਾ ਕਿਡੀਆਂ ਕਿਡੀਆਂ ਹੈ AB E G A F ਇਹ ਜਿਹੜੀਆਂ ਤਿੰਨ ਜੀਵਾ ਹੋਸੋ ਅੱਗੇ ਲਾਸਟ ਜਿਹੜਾ ਛੜ ਗਰਾਫ ਵਾਲਾ ਕੁਸਚਨ ਹੈ ਇਹਦੇ ਵਿੱਚ ਦੇਖੋਗੇ ਤੁਸੀਂ ਆਈਸਕ੍ਰੀਮ ਦੇ ਨਾਂ ਦਿੱਤੇ ਹੋਏ ਤੇ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਦੀ ਇਹਦੇ ਵਿੱਚੋਂ ਕੁਸਚਨ ਪੁੱਛਿਆ ਗਿਆ ਸਭ ਤੋਂ ਵੱਧ ਕਿਹੜੀ ਆਈਸਕ੍ਰੀਮ ਬੱਚਿਆਂ ਨੂੰ ਪਸੰਦ ਹੈ 3 3 6 ਤੇ 2 8 ਬੱਚੇ ਲਾਸਟ 3 3 6 ਤੇ 9 ਸਭ ਤੋਂ ਵੱਧ ਜਿਹੜੀ ਹੈ ਮੰਗੇਓ ਪਸੰਦ ਹੈ ਤੁਸੀਂ ਦੇਖੋਗੇ ਸਭ ਤੋਂ ਵੱਧ ਕਿਹੜੀ ਪਸੰਦ ਹੈ ਮੰਗੇਓ ਉਸ ਤੋਂ ਬਾਅਦ ਦੂਸਰਾ ਕੀ ਹੈ ਕਿੰਨੇ ਬੱਚਿਆਂ ਨੂੰ ਚਾਕਲੇਟ ਪਸੰਦ ਹੈ ਚਾਕਲੇਟ ਦੀ ਗੱਲ ਕੀਤੀ ਹੈ ਤੇ ਚਾਕਲੇਟ ਦੇਖੋ 3 3 6 ਤੇ 2 ਅੱਠ ਬੱਚਿਆਂ ਨੂੰ ਜਿਹੜੀ ਹੈ ਚਾਕਲੇਟ ਪਸੰਦ ਹੈ 8 ਨੰਬਰ ਤੇ ਟਿਕ ਲਾ ਦਿਓ 6 ਬੱਚਿਆਂ ਨੂੰ ਕਿਹੜੀ ਆਈਸਕ੍ਰੀਮ ਪਸੰਦ ਹੈ ਤੇ 6 ਚ 2 ਪਸੰਦ ਹੈ ਵਨੀਲਾ ਤੇ ਸਟਰਾਬੇਰੀ ਤੇ ਇੱਥੇ ਦੋਨਾਂ ਦੇ ਨਾਮ ਲਿਖੋਗੇ ਵਨੀਲਾ ਤੇ ਸਟਰਾਬੇਰੀ ਬੇਟੀ ਇਹਨਾਂ ਦੋਨਾਂ ਦੇ ਲਿਖ ਦੋਗੇ ਅੱਗੇ ਮੰਗੇਓ ਆਈਸਕ੍ਰੀਮ ਖਾਣ ਵਾਲੇ ਬੱਚਿਆਂ ਦੀ ਗਿਣਤੀ ਦੱਸਣੀ ਹੈ 3 3 6 ਤੇ 4 10 ਬੱਚੇ ਜਿਹੜੇ ਆ ਮੰਗੇਓ ਆਈਸਕ੍ਰੀਮ ਖਾਣ ਵਾਲੇ 10 ਬੱਚੇ ਤੇ ਲਾਸਟ ਤੇ 28 ਨੰਬਰ ਤੇ ਜਿਹੜਾ 5 ਨੰਬਰ ਸੁੰਦਰ ਰਾਈਟਿੰਗ ਦੇ ਤੁਹਾਨੂੰ ਮਿਲਣਗੇ ਤੇ ਇਹ ਸੀਗਾ ਸਾਰਾ ਪੇਪਰ ਸੇਮ ਟੂ ਸੇਮ ਇਦਾਂ ਦਾ ਪੇਪਰ ਤੁਹਾਨੂੰ ਦੇਖਣ ਨੂੰ ਮਿਲੇਗਾ ਇਹਦੀ ਪ੍ਰੈਕਟਿਸ ਕਰ ਲਿਓ ਇਦਾਂ ਦੇ ਕੁਸ਼ਨ ਹੋਣਗੇ ਬਸ ਥੋੜੇ ਜਿਹੜੇ ਆ ਵਿੱਚ ਰਕਮਾਂ ਵਾਲੀਆਂ ਜਿਹੜੀਆਂ ਥੋੜੀਆਂ ਚੇਂਜ ਹੋ ਸਕਦੀਆਂ ਤਰੀਕਾ ਕਰਨ ਦਾ ਸਵਾਲਾਂ ਨੂੰ ਇਹੀ ਰਹੇਗਾ ਵਧੀਆ ਪ੍ਰੈਕਟਿਸ ਕਰ ਲਓ ਬੱਚਿਓ ਇਹਦੀ ਬਹੁਤ ਹੈਲਪ ਮਿਲੇਗੀ ਇਸ ਸੈਂਪਲ ਪੇਪਰ ਦੇ ਨਾਲ ਤੇ ਇੱਕ ਸੇਮ ਮੈਥ ਦਾ ਇੱਕ ਹੋਰ ਜਿਹੜਾ ਸੈਂਪਲ ਪੇਪਰ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ ਉਹ ਵੀ ਆਪਾਂ ਤੁਹਾਨੂੰ ਜਲਦੀ ਜਿਹੜਾ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਤੁਹਾਨੂੰ ਸੋਲਵ ਕਰਵਾ ਦੇਾਂਗੇ 7 ਤਰੀਕ ਤੋਂ ਪਹਿਲਾਂ ਪਹਿਲਾਂ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਪੇਪਰ ਦੀ ਤਿਆਰੀ ਕਰੋ ਵਧੀਆ ਤਰੀਕੇ ਨਾਲ ਸਾਲ ਤੁਸੀਂ ਪੂਰਾ ਪੜਾਈ ਕੀਤੀ ਹੈ ਤੁਹਾਡੇ ਟੀਚਰ ਨੇ ਤੁਹਾਡੇ ਤੇ ਮਿਹਨਤ ਕੀਤੀ ਹੈ ਤੇ ਬਹੁਤ ਵਧੀਆ ਪੇਪਰ ਦਿਓ ਹੁਣ ਜਿੰਨੇ ਦਿਨ ਹੈ ਪੂਰਾ ਪੜਾਈ ਤੇ ਜੋਰ ਦਿਓ ਥੈਂਕ ਯੂ